15 अगस्त के मौके पर फेस 6 विखे झंडा लहराने पहुंचे कैबिनेट मंत्री अमन अरोड़ा ਅਤੇ ਦਿੱਤੀ ਦੇਸ਼ ਵਾਸੀਆਂ ਨੂੰ ਮੋਹਾਲੀ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ। ਦੇਖੋ ਮੈਂ ਸਮਝਦਾ ਕਿ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਇਸ ਪਵਿੱਤਰ ਧਰਤੀ ਦੇ ਉੱਪਰੋਂ ਮੈਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੋਹਾਲੀ ਨਿਵਾਸੀਆਂ ਨੂੰ ਮੈਂ ਦਿਲ ਦੀਆਂ ਗਹਿਰਾਈ ਚੋਂ ਲੱਖ ਲੱਖ ਮੁਬਾਰਕਬਾਦ ਦੇਣੀ ਚਾਹੁੰਦਾ। ਅੱਜ ਦਾ ਇਸ ਪਾਵਨ ਪਵਿੱਤਰ ਦਿਹਾੜੇ ਜਦ ਆਪਣੇ ਮਹਾਨ ਯੋਧਿਆਂ ਨੇ ਆਪਣੀਆਂ ਜਾਨਾਂ ਵਾਰੀਆਂ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਤਾਂ ਕਿ ਆਪਾਂ ਖੁੱਲੀ ਫਿਜ਼ਾ ਦੇ ਵਿੱਚ ਸਾਹ ਲੈ ਸਕੀਏ, ਅੱਜ ਜ਼ਰੂਰਤ ਹੈ ਉਹਨਾਂ ਦੇ ਪੂਰਨਾਂ ਦੇ ਉੱਪਰ ਚੱਲਣ ਦੀ। ਅਤੇ ਮੈਨੂੰ ਖੁਸ਼ੀ ਔਰ ਮਾਣ ਹੈ ਕਿ ਮੈਂ ਪੰਜਾਬ ਦੇ ਇੱਕ ਬਹੁਤ ਹੀ ਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਟੀਮ ਦੇ ਵਿੱਚ ਐਜ਼ ਕੈਬਨਿਟ ਵਜ਼ੀਰ ਪੰਜਾਬ ਦੀ ਸੇਵਾ ਨਿਭਾ ਰਿਹਾ। ਸੋ ਸਾਰੇ ਮੋਹਾਲੀ ਨਿਵਾਸੀਆਂ ਨੂੰ, ਸਾਰੇ ਪੰਜਾਬ ਨਿਵਾਸੀਆਂ ਨੂੰ ਦਿਲ ਦੀ ਅੰਗਰੇਜ਼ੀ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦ। ਨਵਾਂ ਯੋਜਨਾ ਦਾ ਐਲਾਨ ਕੀਤਾ ਜੀ ਅੱਜ ਮੋਹਾਲੀ ਬੜੀ ਮੌਕੇ ਦੇ मोहाली जिस तरीके एक कॉस्मोपोलिटन सिटी के तौर के उपर पंजाब का एक सब तो खूबसूरत बेहतरीन और वैल प्लैंड सिटी वजो पिछले समय के डिवेलप होया। तरक्कियां दियां लीहां दे उपर मोहाली बड़ी स्पीड के नाल दौड़ रहा है और उहदे नाल जिहड़े ट्रैफिक के और लोगों की वाधी आबादी के नाल नाल ਜ਼ਰੂਰਤਾਂ ਨੇ ਜਿਹੜੀਆਂ ਉਹ ਵੱਧਦੀਆਂ ਨੇ। ਇਸੇ ਲਈ ਸਰਕਾਰ ਨੇ, ਮਾਨ ਸਾਹਿਬ ਨੇ ਫੈਸਲਾ ਕੀਤਾ ਕਿ ਇੱਕ ਸ਼ਟਲ ਬੱਸ ਸਰਵਿਸ ਹੈ ਜਿਹੜੀ ਉਹ ਮੋਹਾਲੀ ਦੇ ਵਿੱਚ ਐਜ਼ ਪਾਇਲਟ ਪ੍ਰੋਜੈਕਟ ਸ਼ੁਰੂ ਬੜੀ ਜਲਦੀ ਕੀਤੀ ਜਾਊਗੀ ਤਾਂ ਕਿ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਪਾਇਆ ਜਾ ਸਕੇ। ਔਰ ਜਿਹੜੇ ਦੋ ਤਿੰਨ ਮੇਨ ਮੋਸਟ ਜਿਹੜੀਆਂ ਜ਼ਿਆਦਾ ਰਸ਼ ਵਾਲੀਆਂ ਟ੍ਰੈਫਿਕ ਵਾਲੀਆਂ ਰੋਡਸ ਨੇ ਉਹਨਾਂ ਦੇ ਉੱਪਰ ਵੀ ਪਿਛਲੇ ਦਿਨਾਂ ਦੇ ਵਿੱਚ MLA ਸਾਹਿਬ ਨਾਲ ਵੀ ਮੀਟਿੰਗ ਹੋਈ ਸੀਗੀ। ਕਈ ਰਾਊਂਡ ਰੋਡਸ ਨੇ ਜਿਹੜੇ ਤਾਂ ਕਿ ਫਰੀ ਆਫ ਟ੍ਰੈਫਿਕ ਸਨਾਲਜ਼ ਉਹਨਾਂ ਨੂੰ ਕੀਤਾ ਜਾ ਸਕੇ ਉਹਦੇ ਵਾਸਤੇ ਵੀ ਵੱਡੀ ਯੋਜਨਾ ਜਿਹੜੀ ਉਹ ਚੱਲ ਰਹੀ ਹੈ। ਥੋੜ੍ਹਾ ਜੀ ਪੰਜਾਬ ਸਰਕਾਰ ਦੇ ਵਿੱਚ ਕੋਈ ਬਦਲਾਅ ਵੀ ਹੋਇਆ ਕੈਬਨਿਟ ਦੇ ਵਿੱਚ? ਨਹੀਂ, ਇਹ ਤਾਂ ਦੇਖੋ ਤੁਸੀਂ ਗਲਤ ਬੰਦੇ ਨੂੰ ਸਵਾਲ ਕਰ ਰਹੇ ਹੋ ਜੀ। ਇਹਦਾ ਪ੍ਰੈਰੋਗੇਟਿਵ ਦਾ ਜਿਹੜਾ ਹੁੰਦਾ ਹੈ ਉਹ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਹੁੰਦਾ, ਸਾਡੀ ਲੀਡਰਸ਼ਿਪ ਦਾ ਹੁੰਦਾ, ਇਹਦੇ ਬਾਰੇ ਤਾਂ ਉਹੀ ਦੱਸ ਸਕਦੇ ਨੇ। ਪਰ ਮੈਂ ਸਮਝਦਾ ਕਿ ਇਹ ਮੈਟਰ ਨਹੀਂ ਕਰਦਾ ਹੈਗਾ ਕਿ ਵਜ਼ਾਰਤ ਦੇ ਵਿੱਚ ਕੌਣ ਕੰਮ ਕਰਦਾ, ABC ਕੌਣ ਮੈਟਰ ਕਰਦਾ, ਉਹ ਨਹੀਂ, ਸੂਰਤਾਂ ਨਹੀਂ ਮੈਟਰ ਕਰਦੀਆਂ, ਸੀਰਤਾਂ ਮੈਟਰ ਕਰਦੀਆਂ ਨੇ। ਅਤੇ ਨੈਸ਼ਨਲ ਲੈਵਲ ਦੇ ਉੱਪਰ ਕੇਜਰੀਵਾਲ ਸਾਹਿਬ ਦੀ ਅਗਵਾਈ ਦੇ ਵਿੱਚ, ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਬੜੀ ਇਮਾਨਦਾਰੀ ਦੇ ਨਾਲ, ਕਮਿਟਮੈਂਟ ਦੇ ਨਾਲ ਤਰੱਕੀਆਂ ਦੀਆਂ ਲੀਹਾਂ ਦੇ ਉੱਪਰ ਚੱਲ ਰਿਹਾ। ਉਹੀ ਚੀਜ਼ ਹੈ ਜਿਹੜੀ ਮੈਟਰ ਕਰਦੀ ਹੈ। ਸੂਰਤਾਂ ਨਾ ਦੇਖਿਆ ਕਰੋ, ਸੀਰਤਾਂ ਦੇਖਿਆ ਕਰੋ। ਸਰ ਪੰਜਾਬੀ ਚੋਣਾਂ ਆਉਣ ਵਾਲੀਆਂ ਨੇ, ਉਸ ਨੂੰ ਲੈ ਕੇ ਕਿਸ ਤਰੀਕੇ ਨਾਲ ਤਿਆਰੀਆਂ ਹੋ ਰਹੀਆਂ? ਕਿਉਂਕਿ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਐਤਕੀ ਪੂਰੀ ਕਹਿ ਰਹੇ ਕਿ ਪੂਰੇ ਜ਼ੋਰ ਸ਼ੋਰ ਦੇ ਨਾਲ ਪੰਚਾਇਤੀ ਚੋਣਾਂ ਜਿਹੜੇ ਮਿਊਂਸੀਪਲ ਚੋਣਾਂ ਹੋ ਗਈਆਂ ਉਸ ਤਰੀਕੇ। ਦੇਖੋ ਇਸ ਤਰ੍ਹਾਂ ਹੁੰਦਾ ਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ, ਸਾਡੀ ਪਾਰਟੀ ਦੀ, ਕੇਜਰੀਵਾਲ ਸਾਹਿਬ ਦੀ, CM ਸਾਹਿਬ ਦੀ, ਮਾਨ ਸਾਹਿਬ ਦੀ, ਸਾਡੀ ਸੋਚ ਇਹ ਹੈ ਕਿ ਤੁਸੀਂ ਜੋ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਹੋਵੇ ਪੂਰੀ ਇਮਾਨਦਾਰੀ ਦੇ ਨਾਲ, ਪੂਰੀ ਟ੍ਰਾਂਸਪੇਰੈਂਸੀ ਦੇ ਨਾਲ ਤੁਸੀਂ ਲੋਕਾਂ ਦੀ ਸੇਵਾ ਕਰੋ, ਲੋਕਾਂ ਦੇ ਹਿੱਤਾਂ ਨੂੰ ਵਾਚੋ, ਅਤੇ ਲੋਕ ਤੁਹਾਡਾ ਇੰਟਰਸਟ ਹੈ ਜਿਹੜਾ ਉਹ ਆਪਣੇ ਆਪ ਉਹਦੇ ਨਿਗਾਹ ਰੱਖ ਲੈਂਦੇ ਨੇ। ਹੁਣ 1.5 ਸਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੈਂ ਸਮਝਦਾ ਕਿ ਜਿਹੜਾ ਪੰਜਾਬ ਦੇ ਲੋਕਾਂ ਨੇ ਕਈ ਵਾਰੀ ਸੋਚਿਆ ਵੀ ਨਹੀਂ ਸੀਗਾ ਕਿ ਕੀ ਕੰਮ ਸਰਕਾਰਾਂ ਕਰ ਸਕਦੀਆਂ ਨੇ, ਉਹ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਰਕਾਰ ਕਰ ਚੁੱਕੀ ਹੈ। ਸਾਡਾ ਕੰਮ ਹੈ ਕੰਮ ਕਰਨਾ, ਉਹਨਾਂ ਕੰਮਾਂ ਨੂੰ ਲੈ ਕੇ ਹੀ ਅਸੀਂ ਲੋਕਾਂ ਦੇ ਦੀ ਕਚਹਿਰੀ ਦੇ ਵਿੱਚ ਜਾਵਾਂਗੇ। ਅਤੇ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿਹੋ ਜਿਹਾ ਲੋਕਾਂ ਨੇ ਮਾਣ ਸਾਨੂੰ ਅੱਜ ਤੋਂ 1.5 ਸਾਲ ਪਹਿਲਾਂ ਦਿੱਤਾ ਸੀਗਾ ਅਸੈਂਬਲੀ ਦੇ ਚੋਣਾਂ ਦੇ ਵਿੱਚ, ਉਹ ਤੋਂ ਵੀ ਵੱਡਾ ਮਾਣ ਹੈ ਜਿਹੜਾ ਉਹ ਸਾਨੂੰ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤਾਂ, ਬਲਾਕ ਸਮਿਤੀਆਂ, ਕਾਰਪੋਰੇਸ਼ਨਾਂ ਦੀ ਇਲੈਕਸ਼ਨਾਂ ਦੇ ਵਿੱਚ ਮਿਲੇਗਾ। ਪਰੇਡ ਗਰਾਊਂਡ ਫੇਸ 6 ਮੋਹਾਲੀ ਵਿਖੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਜਿਹੜੇ ਬੱਚਿਆਂ ਨੇ ਪਰਫੋਰਮ ਕੀਤਾ ਉਹਨਾਂ ਨਾਲ ਫੋਟੋ ਖਿਚਵਾ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਮੋਹਾਲੀ ਵਾਸੀਆਂ ਨੂੰ ਦਿੱਤੀ ਸੁਤੰਤਰਤਾ ਦਿਵਸ ਦੀ ਵਧਾਈ। ਚਲੋ ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਅਤੇ ਮੋਹਾਲੀ ਵਾਸੀਆਂ ਨੂੰ ਅੱਜ ਦੇ ਪਵਿੱਤਰ ਦਿਹਾੜੇ ਦੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਅੱਜ ਦੇ ਦਿਨ ਸਾਡੇ ਹਿੰਦੁਸਤਾਨ ਸੀ ਜਿਹੜਾ, ਭਾਰਤ ਵਾਸੀ ਜਿਹੜਾ, ਉਹ ਆਜ਼ਾਦ ਹੋਇਆ ਸੀ ਅਤੇ ਅੱਜ ਅਸੀਂ ਆਜ਼ਾਦੀ ਦਾ ਦਿਵਸ ਜਿਹੜਾ ਮਨਾ ਰਹੇ ਹਾਂ, ਬਹੁਤ ਬਹੁਤ ਮੁਬਾਰਕਾਂ। ਔਰ ਮੈਂ ਸਮਝਦਾ ਵੀ 1947 ਤੋਂ ਲੈ ਕੇ ਅੱਜ ਤੱਕ ਹਿੰਦੁਸਤਾਨ ਨੇ ਬਹੁਤ ਵੱਡੀਆਂ ਪਲਾਂਘਾਂ ਪੁੱਟੀਆਂ ਨੇ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਹਿੰਦੁਸਤਾਨ ਇੱਕ ਬੜੀ ਵੱਡੀ ਸ਼ਕਤੀ ਬਣਨਾ ਜਿਹੜਾ ਜਾ ਰਿਹਾ। ਅਤੇ ਅੱਜ ਦੇ ਪਵਿੱਤਰ ਦਿਹਾੜੇ 'ਤੇ ਮੈਂ ਇੱਕ ਵਾਰੀ ਫਿਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਸਰ, ਵੱਡਾ ਐਲਾਨ ਕੀਤਾ ਸਿਟੀ ਬੱਸ ਸਰਵਿਸ ਨੂੰ ਜਿਹੜਾ ਤੋਹਫਾ ਮਿਲਣ ਜਾ ਰਿਹਾ, ਬੜੀ ਲੰਬੀ ਚੱਲਦੀ ਮੰਗ ਸੀਗੀ, ਕੀ ਕਹਿਣਾ ਤੁਸੀਂ? ਅਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਜਦੋਂ ਮੈਂ ਮੇਅਰ ਹੁੰਦਾ ਸੀ ਮੈਂ ਇਹ ਮੰਗ ਲੈ ਕੇ ਇਸ ਕੰਮ 'ਤੇ ਲੈ ਕੇ ਵਰਕ ਕਰ ਰਿਹਾ,
रूट भी बना के दिते, असी मत भी पाए, असी बजट भी रखिया, लेकिन मौके दी सरकारां ने सानू कामयाब नहीं होने दिता हैगा। अज मैनू बहुत खुशी है, मैं धन्नवाद करदा भगवंत मान जी मुख्यमंत्री पंजाब दा ते अमन अरोड़ा जी दा भी जिन्हां दे यतना सदका ये जिहड़ा एक बड़ा वड्डा प्रोजैक्ट उन्ने पर चढ़न जा रहा है ते मोहाली नूं ट्रैफिक तों राहत मिलेगी। मोहाली दे विच ट्रैफिक दिन पर दिन बहुत वध रहा है क्योंकि हर एक बंदे दी पहली पसंद जिहड़ा मोहाली आ, तो इस करके मोहाली की ट्रैफिक तो निजात आने जी बस सर उस मुख्यमंत्री साहब ने अज के पवित्र दिन के उत्ते सानू दोहे वालों दिता, मैं उन्होंने बहुत बहुत धन्यवाद कर। मोहाली देखो पिछली बारी अमन अरोड़ा जी आए थे, ये हाउसिंग मिनिस्टर से, इन्होंने 5000 मकान बनाने का जिहड़ा ऐलान किया और मेरा ख्याल है भी वो बहुत जल्दी 1000 घर गरीबों EWS का बन जा रहा है, तो जिहड़े भी बेघरे ने उन्होंने मकान देने वास्ते जो भगवंत मान साहब ते अरविंद केजरीवाल जी की पॉलिसी सी ते उन्होंने उत्ते जिहड़ा काम शुरू हो गया, तो मेरा ख्याल है आने वाले 2-4 साल के जिहड़े उन्होंने कब्जा वो मकान बन के मिल चुके।